ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੀ ਸਾਰੀ ਸਰੋਤਿਆਂ ਨੂੰ ਜੀ ਆਇਆਂ ਨੂੰ ਲਗਾਤਾਰ ਤੀਜੇ ਦਿਨ ਪੁਚਾਲ ਦੇ ਨਾਲ ਕੰਬੀ ਨੇਪਾਲ ਦੀ ਧਰਤੀ ਤਾਈਵਾਨ 'ਚ ਵੀ ਲੱਗੀ ਤੇਜ਼ ਝਟਕੇ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਨੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਹੱਦ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਨੇਪਾਲ ਦੀ ਰਾਜਸਤਾਨੀ ਕਾਠ ਮੰਡੂ ਦੇ ਵੀ ਚੜ੍ਹ ਤੇ ਝਟਕੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਨੈਸ਼ਨਲ ਸੈਂਟਰ ਫੋਰਸਿਸਮੋਲੋਜੀ ਨੇ ਦੱਸਿਆ ਹੈ ਕਿ ਨੇਪਾਲ ਦੀ ਰਾਜਧਾਨੀ ਕਾਠ ਮੰਡੋ ਜੁ ਸਵੇਰੇ 4.13 ਵਜੇ ਪਹੁੰਚਾਲ ਆਇਆ ਜਿਸ ਦੀ ਤੀਬਰਤਾ ਰੈਕਟਰ ਪਮਾਨ ਦੇ 4.1 ਆਪੀ ਗਈ ਤਾਈਵਾਨ ਦੀ ਰਾਜਧਾਨੀ ਤਾਈਪੇ ਦੇ ਵਿੱਚ ਮੰਗਲਵਾਰ ਨੂੰ 5.6 ਤੀਬਰਤਾ ਦੇ ਪਹੁੰਚਾਲ ਦਰਮਿਆਨ ਇਮਾਰਤਾਂ ਹਿੱਲ ਗਈਆਂ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ ਤਾਈਵਾਨ ਦੇ ਕੇਂਦਰੀ ਮੌਸਮ ਬਿਊਰੋ ਨੇ ਕਿਹਾ ਕਿ ਪੁਚਾਲਦਾ ਕੇਂਦਰ ਟਾਪੂ ਦੇ ਪੂਰਬੀ ਤੱਟ ਤੋਂ ਦੂਰ ਸਮੁੰਦਰ 'ਚ ਹੈ ਸਰਕਾਰ ਨੇ ਕਿਹਾ ਹੈ ਕਿ ਤਾਈਪੇ ਦੇ ਮੈਟਰੋ ਸਿਸਟਮ ਦੇ ਰੇਲ ਗੱਡੀਆਂ ਦੀ ਰਫਤਾਰ ਹੋਲੀ ਸੀ ਪਰ ਸੇਵਾ ਜਲਦੀ ਆਮ ਵਾਂਗ ਹੋ ਗਈ ਸਾਨੂੰ ਦੱਸਿਆ ਗਿਆ ਕਿ ਤਾਈਵਾਨ ਦੇ ਡੋਰ ਟੈਕਟੋਨਿਕ ਪਲੇਟਾਂ ਦੇ ਜਕਸ਼ਨ ਦੇ ਨੇੜੇ ਸਥਿਤ ਹੈ ਤੇ ਭੁਚਾਲ ਦੀ ਸਭ ਤੋਂ ਨਿਸ਼ਚਿਤ ਹੈ 2016 ਦੇ ਵਿੱਚ ਦੱਖਣੀ ਤਾਈਪਾਨ ਦੇ ਵਿੱਚ ਆਏ ਭੁਚਾਲ ਦੇ ਜਿਸ ਤੋਂ ਵੱਧ ਲੋਕ ਮਾਰੇ ਗਏ ਜਦ ਕਿ 1999 ਦੇ ਵਿੱਚ 7.3 ਦੀ ਤੀਬਰਤਾ ਵਾਲੇ ਭੁਚਾਲ ਦੇ ਕਾਰਨ 2000 ਲੋਕਾਂ ਤੋਂ ਵੱਧ ਦੀ ਮੌਤ ਹੋਈ। ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।